ਤੁਸੀਂ ਮੈਂਬਰ ਪਾਰਲੀਮੈਂਟ ਬਣੇ, ਉਸ ਤੋਂ ਬਾਅਦ ਕਈ ਵਿਰੋਧੀ ਕਹਿਣ ਲੱਗ ਪਏ, ਕਹਿੰਦੇ ਕਿ ਕੌਮ ਨੇ ਪੈਸੇ ਭੇਜੇ, ਗੱਡੀ ਲੈ ਲਈ, ਕੁਰਤੇ ਪਜਾਮੇ ਵਧੀਆ ਵਧੀਆ ਸਵਾਉਣ ਲੱਗ ਵਧੀਆ ਪਏ, ਸਵਾ ਲਏ, ਟ੍ਰੋਲ ਹੋਣ ਲੱਗ ਪਏ, ਤੁਸੀਂ ਘੜੀਆਂ ਵੀ ਬਹੁਤ ਸੋਸ਼ਲ ਮਹਿੰਗੀਆਂ ਲੈ ਲਈਆਂ, ਬਹੁਤ ਕੁਝ ਕਰ ਲਿਆ ਜੀ। ਕਿ ਮੈਨੂੰ ਹੁਣ ਕੌਮ ਮੈਨੂੰ ਕਹਿੰਦੀ ਹੈ, ਕਹਿੰਦੇ ਜੀ ਬਾਹਰਲੇ ਜਿਹੜੇ ਮੇਰੇ ਬੰਦੇ ਮੇਰੇ ਸਹੀ ਮਨੋਂ ਚਾਹੁੰਦੇ ਆ, ਉਹ ਕਹਿੰਦੇ ਬਾਈ ਜੀ ਬਈ ਜਿਸ ਦਿਨ, ਉਹ ਤਾਂ ਹਲੇ ਫੋਰਚੂਨਰ ਕਹਿੰਦੇ ਸੀ, ਕਹਿੰਦੇ ਮਰਸੀਡੀਜ਼ ਲੈ ਲਓ, ਫੋਰਚੂਨਰ ਲੈ ਲਓ, ਜਿਹੜੀ ਮਰਜ਼ੀ ਗੱਡੀ 'ਤੇ ਤੁਸੀਂ ਹੱਥ ਰੱਖੋਗੇ ਅਸੀਂ ਦਵਾਵਾਂਗੇ। ਕਹਿੰਦੇ ਵੀ ਸਾਡਾ ਕੌਮ ਦਾ ਲੀਡਰ, ਜੋ ਉਹਨਾਂ ਦਾ ਕਹਿਣਾ ਵੀ ਸਾਡਾ ਬੰਦਾ ਪਾਰਲੀਮੈਂਟ 'ਚ ਜਾਵੇ ਅਤੇ ਕੋਈ ਛੋਟੀ ਮੋਟੀ ਗੱਡੀ 'ਚ ਨਾ ਜਾਵੇ, ਪਤਾ ਲੱਗੇ ਸਾਰੇ ਪਾਰਲੀਮੈਂਟ ਦੇ ਵਿੱਚ ਸਾਰੇ ਮੈਂਬਰਾਂ ਨੂੰ ਵੀ ਇਹਦੇ ਪਿੱਛੇ ਵੀ ਕੋਈ ਹੈ। ਉਹ ਕਹਿੰਦੇ ਵੀ ਟੌਪ ਦੀ ਘੜੀ, ਟੌਪ ਦੇ ਕੱਪੜੇ ਤੇ ਟੌਪ ਦੀ ਗੱਡੀ 'ਚ ਹੀ ਜਾਣਾ ਹੈ, ਵੀ ਪਤਾ ਲੱਗੇ ਵੀ ਕੋਈ ਆਇਆ। ਬਸ ਕਹਿੰਦੇ ਵੀ ਇਹ ਨਾ ਹੋਵੇ ਕੱਲ ਨੂੰ ਉੱਥੇ ਗੱਲ 'ਚ ਉਤਰ ਪਵੇ ਯਾਰ ਉਹ ਤਾਂ ਅਸੀਂ ਟੁੱਟੀ ਜਿਹੀ ਗੱਡੀ 'ਚ ਆਇਆ ਸੀ, ਛੋਟੀ ਜਿਹੀ 'ਚ ਕੱਪੜੇ ਵੀ ਐਂ ਸੀ, ਕੋਈ ਨਾ ਘੜੀ ਲਾਈ ਨਾ ਕੁਛ ਲੈਣ ਨਾ ਦੇਣ। ਮੈਨੂੰ ਉਹਨਾਂ ਨੇ ਟੌਪ ਦੀ ਘੜੀ ਲਈ, ਬਿਲਕੁਲ ਦਿਖਾ ਵੀ ਦਿਓ। ਇਹੋ ਨਾ ਜਿਹੜੇ ਸਵਾਲ ਕਰਦੇ ਉਹਨਾਂ ਲਈ ਹੈ, ਲਓ ਦੇਖੋ ਜੀ ਦੇਖੋ, ਕਰੀ ਜਾਓ ਸਵਾਲ। ਦੇਖੋ ਗੱਲ, ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਜੇ ਮੈਂ ਹੁਣ 2 ਮਹੀਨੇ ਬਾਅਦ ਗੱਡੀ ਲੈ ਲੈਂਦਾ ਨਾ, ਲੋਕਾਂ ਨੇ ਪਤਾ ਕੀ ਕਹਿਣਾ ਸੀ, ਜਿਹੜਾ ਨੇ ਵਿਰੋਧ ਕਰਨਾ ਉਹਨਾਂ ਨੇ ਤਾਂ ਦੇਖੋ ਕਰਨਾ ਹੀ ਹੈ। ਗੱਲ ਇਹ ਆ ਵੀ ਜੇ ਮੈਂ 2 ਮਹੀਨੇ ਬਾਅਦ ਲੈ ਲੈਂਦਾ, ਉਹਨਾਂ ਨੇ ਕਹਿਣਾ ਸੀ ਗ੍ਰਾਂਟ ਆਈ ਹੈ, ਲੋਕਾਂ ਨੂੰ ਤਾਂ ਵੰਡੀ ਨੀ, ਪਹਿਲਾਂ ਆਪਣੀ ਗੱਡੀ ਲੈ ਲਈ। ਇਹ ਗੱਲ ਕਹਿਣੀ ਸੀ, ਕਹਿਣੀ ਸੀ ਨਾ, ਮੰਨਦੇ ਹੋ ਨਾ ਗੱਲ। ਇਹ ਮੈਂ ਤਾਂ ਹੀ ਪਹਿਲਾਂ ਲਈ ਹੈ, ਇੱਕ ਤਾਂ ਮੈਂ ਪਾਰਲੀਮੈਂਟ ਪਹਿਲਾਂ ਜਾਣਾ ਸੀ, ਮੈਂ ਕਿਹਾ ਵੀ ਇਹਨਾਂ ਨੂੰ ਐਟਲੀਸਟ ਇਹ ਨਾ ਮੌਕਾ ਮਿਲ ਜਾਵੇ ਕਹਿਣ ਦਾ ਵੀ ਗੱਡੀ ਗ੍ਰਾਂਟ ਦੇ ਪੈਸਿਆਂ 'ਚੋਂ ਲੈ ਲਈ, ਕਿਸੇ ਦਾ ਮੂੰਹ ਤਾਂ ਫੜ ਨਹੀਂ ਸਕਦੇ। ਤੁਸੀਂ ਮੈਂਬਰ ਪਾਰਲੀਮੈਂਟ ਬਣੇ, ਉਸ ਤੋਂ ਬਾਅਦ ਕਈ ਵਿਰੋਧੀ ਕਹਿਣ ਲੱਗ ਪਏ, ਕਹਿੰਦੇ ਕਿ ਕੌਮ ਨੇ ਪੈਸੇ ਭੇਜੇ, ਗੱਡੀ ਲੈ ਲਈ, ਕੁਰਤੇ ਪਜਾਮੇ ਵਧੀਆ ਵਧੀਆ ਸਵਾਉਣ ਲੱਗ ਪਏ, ਟ੍ਰੋਲ ਹੋਣ ਲੱਗ ਪਏ, ਤੁਸੀਂ ਸੋਸ਼ਲ ਮਹਿੰਗੀਆਂ ਬਹੁਤ ਕੁਝ ਕਰ ਲਿਆ ਜੀ। ਕਿ ਮੈਨੂੰ ਹੁਣ ਕੌਮ ਮੈਨੂੰ ਕਹਿੰਦੀ ਹੈ, ਕਹਿੰਦੇ ਜੀ ਬਾਹਰਲੇ ਜਿਹੜੇ ਮੇਰੇ ਬੰਦੇ ਮੇਰੇ ਸਹੀ ਮਨੋਂ ਚਾਹੁੰਦੇ ਆ, ਉਹ ਕਹਿੰਦੇ ਬਾਈ ਜੀ ਬਈ ਜਿਸ ਦਿਨ, ਉਹ ਤਾਂ ਹਲੇ ਫੋਰਚੂਨਰ ਕਹਿੰਦੇ ਸੀ, ਕਹਿੰਦੇ ਮਰਸੀਡੀਜ਼ ਲੈ ਲਓ, ਫੋਰਚੂਨਰ ਲੈ ਲਓ, ਜਿਹੜੀ ਮਰਜ਼ੀ ਗੱਡੀ 'ਤੇ ਤੁਸੀਂ ਹੱਥ ਰੱਖੋਗੇ ਅਸੀਂ ਦਵਾਵਾਂਗੇ। ਕਹਿੰਦੇ ਵੀ ਸਾਡਾ ਕੌਮ ਦਾ ਲੀਡਰ, ਜੋ ਉਹਨਾਂ ਦਾ ਕਹਿਣਾ ਵੀ ਸਾਡਾ ਬੰਦਾ ਪਾਰਲੀਮੈਂਟ 'ਚ ਜਾਵੇ ਅਤੇ ਕੋਈ ਛੋਟੀ ਮੋਟੀ ਗੱਡੀ 'ਚ ਨਾ ਜਾਵੇ, ਪਤਾ ਲੱਗੇ ਸਾਰੇ ਪਾਰਲੀਮੈਂਟ ਦੇ ਵਿੱਚ ਸਾਰੇ ਮੈਂਬਰਾਂ ਨੂੰ ਵੀ ਇਹਦੇ ਪਿੱਛੇ ਵੀ ਕੋਈ ਹੈ। ਉਹ ਕਹਿੰਦੇ ਵੀ ਟੌਪ ਦੀ ਘੜੀ, ਟੌਪ ਦੇ ਕੱਪੜੇ ਤੇ ਟੌਪ ਦੀ ਗੱਡੀ 'ਚ ਹੀ ਜਾਣਾ ਹੈ, ਵੀ ਪਤਾ ਲੱਗੇ ਵੀ ਕੋਈ ਆਇਆ। ਬਸ ਕਹਿੰਦੇ ਵੀ ਇਹ ਨਾ ਹੋਵੇ ਕੱਲ ਨੂੰ ਉੱਥੇ ਗੱਲ 'ਚ ਉਤਰ ਪਵੇ ਯਾਰ ਉਹ ਤਾਂ ਅਸੀਂ ਟੁੱਟੀ ਜਿਹੀ ਗੱਡੀ 'ਚ ਆਇਆ ਸੀ, ਛੋਟੀ ਜਿਹੀ 'ਚ ਕੱਪੜੇ ਵੀ ਐਂ ਸੀ, ਕੋਈ ਨਾ ਘੜੀ ਲਾਈ ਨਾ ਕੁਛ ਲੈਣ ਨਾ ਦੇਣ। ਮੈਨੂੰ ਉਹਨਾਂ ਨੇ ਸਟੋਪ ਦੀ ਘੜੀ ਲਈ, ਬਿਲਕੁਲ ਦਿਖਾ ਵੀ ਦਿਓ। ਇਹੋ ਨਾ ਜਿਹੜੇ ਸਵਾਲ ਕਰਦੇ ਉਹਨਾਂ ਲਈ, ਉਹਨਾਂ ਲਈ ਹੈ, ਲਓ ਦੇਖੋ ਜੀ ਦੇਖੋ, ਕਰੀ ਜਾਓ ਸਵਾਲ। ਦੇਖੋ ਗੱਲ, ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਜੇ ਮੈਂ ਹੁਣ 2 ਮਹੀਨੇ ਬਾਅਦ ਗੱਡੀ ਲੈ ਲੈਂਦਾ ਨਾ, ਲੋਕਾਂ ਨੇ ਪਤਾ ਕੀ ਕਹਿਣਾ ਸੀ, ਜਿਹੜਾ ਨੇ ਵਿਰੋਧ ਕਰਨਾ ਉਹਨਾਂ ਨੇ ਤਾਂ ਦੇਖੋ ਕਰਨਾ ਹੀ ਹੈ। ਗੱਲ ਇਹ ਆ ਵੀ ਜੇ ਮੈਂ 2 ਮਹੀਨੇ ਬਾਅਦ ਲੈ ਲੈਂਦਾ, ਉਹਨਾਂ ਨੇ ਕਹਿਣਾ ਸੀ ਗ੍ਰਾਂਟ ਆਈ ਹੈ, ਲੋਕਾਂ ਨੂੰ ਤਾਂ ਵੰਡੀ ਨੀ, ਪਹਿਲਾਂ ਆਪਣੀ ਗੱਡੀ ਲੈ ਲਈ। ਇਹ ਗੱਲ ਕਹਿਣੀ ਸੀ, ਕਹਿਣੀ ਸੀ ਨਾ, ਮੰਨਦੇ ਹੋ ਨਾ ਗੱਲ। ਇਹ ਮੈਂ ਤਾਂ ਹੀ ਪਹਿਲਾਂ ਲਈ ਹੈ, ਇੱਕ ਤਾਂ ਮੈਂ ਪਾਰਲੀਮੈਂਟ ਪਹਿਲਾਂ ਜਾਣਾ ਸੀ, ਮੈਂ ਕਿਹਾ ਵੀ ਇਹਨਾਂ ਨੂੰ ਐਟਲੀਸਟ ਇਹ ਨਾ ਮੌਕਾ ਮਿਲ ਜਾਵੇ ਕਹਿਣ ਦਾ ਵੀ ਗੱਡੀ ਗ੍ਰਾਂਟ ਦੇ ਪੈਸਿਆਂ 'ਚੋਂ ਲੈ ਲਈ, ਕਿਸੇ ਦਾ ਮੂੰਹ ਤਾਂ ਫੜ ਨਹੀਂ ਸਕਦੇ।